ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਵਾਇਦ ਸ਼ੁਰੂ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਉਨ੍ਹਾਂ ਕਿਸਾਨਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਜਿਨ੍ਹਾਂ ਦੀ ਜ਼ਮੀਨ ਇਸ ਲਾਂਘੇ ਦੇ ਲਈ ਐਕੁਆਇਰ ਕੀਤੀ ਜਾਣੀ ਹੈ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਖਾਸ ਕਰ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਦੇਖੋ, ਪਹਿਲੀ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿੰਤੂ ਪਰੰਤੂ ਵੈਸੇ ਹੋਣਾ ਵੀ ਨਹੀਂ ਚਾਹੀਦਾ ਕਿ ਬਹੁਤ ਵੱਡੀ ਗੱਲ ਜਿਹੜੀ ਬਹੁਤ ਡਿਮਾਂਡ ਸੀਗੀ ਉਹ ਪੂਰੀ ਹੋ ਗਈ ਆ ਅਤੇ ਜਿਹੜੇ ਕੋਈ ਉੱਥੇ ਲੈਣ ਦੇਣ ਹੋਣਗੇ ਉਹਨਾਂ ਨੂੰ ਮੈਂ ਬੈਠ ਕੇ ਸੈਟਲ ਕਰਾਂਗਾ ਤਾਂ ਕਿ ਉਹਨਾਂ ਕਿਸਾਨਾਂ ਨੂੰ ਵੀ ਮੁਆਵਜ਼ਾ ਬਹੁਤ ਘੱਟ ਨਾ ਮਿਲੇ ਅਤੇ ਗੌਰਮੈਂਟ ਨੂੰ ਵੀ ਇਹੋ ਜਿਹਾ ਨਾ ਕਿ ਜਿਹੜੀ ਗੌਰਮੈਂਟ ਕਰ ਹੀ ਨਾ ਸਕਦੀ ਹੋਏ ਐਮੀਕੇਬਲੀ ਅਸੀਂ ਮੇਰੇ ਖਿਆਲ ਹੈ ਕਿ ਸੋਰਟ ਆਊਟ ਹੋ ਜਾਏ ਅਤੇ ਬਹੁਤ ਜਲਦੀ ਇਹਨੂੰ ਸਟਾਰਟ ਕਰ ਦੇਵਾਂਗੇ। ਜੇ ਦੂਸਰੀ ਜਿਹੜੀ ਗੱਲ ਹੈ ਕਿ ਸਿਕਿਉਰਿਟੀ ਦੀ ਹੋਰ ਜਿਹੜੇ ਨੇ ਉਹਨਾਂ ਚੀਜ਼ਾਂ ਦਾ ਤਾਂ ਉਹ ਗੌਰਮੈਂਟ ਆਫ ਇੰਡੀਆ ਨੇ ਦੇਖਣਾ, ਸਾਡਾ ਤਾਂ ਕੰਮ ਹੈ ਕਿ ਅਸੀਂ ਉਹਨਾਂ ਨੂੰ ਜਿਹੜੀ ਐਵਰੇਜ ਕੱਢ ਕੇ ਪ੍ਰਾਈਸ ਜਿਹੜੀ ਉਹ ਦੱਸ ਦੇਣੀ ਕਿ ਇੰਨੇ ਪੈਸੇ ਨੇ ਉਹਦੇ 'ਤੇ। ਮੈਂ ਵੀ ਗੌਰਮੈਂਟ ਆਫ ਇੰਡੀਆ ਨੂੰ ਵੀ ਅਪੀਲ ਕਰਦਾ ਕਿ ਕਿਉਂਕਿ ਇਹ ਬੜਾ ਸੈਂਸਿਟਿਵ ਮੁੱਦਾ ਔਰ ਬਹੁਤ ਜਲਦੀ ਨਿਪਟਾਉਣ ਵਾਲਾ, ਇਹਦੇ 'ਚ ਗੌਰਮੈਂਟ ਆਫ ਇੰਡੀਆ ਨੂੰ ਅਤੇ ਖਾਸ ਕਰਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹਦੇ 'ਤੇ ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਕੰਪਨਸੇਟ ਕਰਕੇ ਇਮੀਡੀਏਟਲੀ ਰਸਤੇ ਨੂੰ ਕਿ ਇਹੋ ਜਿਹੀ ਕੋਈ ਹਰਡਲਸ ਨਾ ਆਉਣ ਕਿ ਜਿਹਦੇ ਨਾਲ ਕੋਈ ਡਿਲੇ ਹੋਵੇ, ਕਿਉਂਕਿ ਕੋਈ ਹਰ ਆਦਮੀ ਇਹ ਨਹੀਂ ਆਪਣੇ ਮਨ 'ਚ ਆਸਥਾ ਨਹੀਂ ਰੱਖਦਾ। ਕਈ ਵਿੱਚ ਇਹੋ ਜਿਹੀ ਵੀ ਆ ਜਾਂਦਾ ਕਿ ਜਿਹੜੇ ਕੋਰਟ 'ਚ ਚਲੇ ਜਾਣ ਕਿਤੇ, ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਸਾਨੂੰ ਇਹਦੇ 'ਤੇ ਧਿਆਨ ਹੋਰ ਦੇਣ ਦੀ ਲੋੜ।